वाहिगुरु जी का खालसा, श्री वाहिगुरु जी की फतेह। भगत रविदास महाराज जी के जन्म दिहाड़े ते सारिया संगतां नूं लख लख वधाइयां। गढ़ शंकर शहर के विच ही हुंदा होया नगर कीर्तन अपने पावल पहुँचता होया, आओ तुहानूं नगर कीर्तन के विच लैके चलिए। तुसीं देख रहे हो यूट्यूब चैनल रामपाल सिंह ब्लॉग। जेकर तुहानूं वीडियो चंगी लगी लाइक कमेंट वीडियो बारे अपना सुझाव जरूर देना जी। वीडियो को वध तों वध शेयर करो ताकि संगतां तकर ये वीडियो पहुंचती हो सके। पंथ कटाड़ी जथा भाई लखविंदर सिंह बीए पिंड अब्दुल खराणा तहसील मलौट जिला श्री मुक्तसर साहब ढाडी वारा नाल संगतां नूं निहाल कीता। गढ़ शंकर दी पंजाब पुलिस ने नगर कीर्तन दे विच अपनी ड्यूटी बहुत ही सुचेचे ढंग नाल निभाई। पहाड़ी तेरी दादा के हजूर दी जिस ते चलक पैंदी दादा तेरे नूर दी।
ਹਾਂਜੀ ਰਹਿਮਤਾਂ ਦੀ ਰਹਿਮਤਾਂ ਦੀ ਹੋਈ ਜਿੱਤ ਭੂਰ ਮੇਰਾ चौथे पातशाह गुरु रामदास साहब छोटे पातशाह का एक पावन बचन है। सतगुरु कहते हैं इच्छा पूर्क सर्व सुख दाता हर जाके बस है काम तेना सो ऐसा हर त्याई है मेरे जीड़ है ता सर्व सुख पाव है मेरे मन। इस पावन बचन के अनुसार इस मात लोक ते परलोक दीयां मरचंदियां दौलतां दे बख्शण हारे जुगो जुगो तन तन साहिब श्री गुरु ग्रंथ साहिब महाराज तिन्हां दी पाक मुकद्दस हजूरी दे अंदर पंथ दी पंचायत पंज प्यारे साहिबानां दी योग अगवाई दे हेठां इह चलदा होया नगर कीर्तन श्रोमणी भगत भगतां दे विचों भगत गुरुआं दे विचों गुरु सतगुरु श्री गुरु रविदास जी महाराज तिन्हां दे पावन प्रकाश दिहाड़े नूं समर्पित सो चलता हुआ नगर कीर्तन दूसरे पड़ा ते पहुंच चुके सवाओ प्यारे इस पड़ा ते आपां गुरु दे चरणां दे विच हाजरी लवाईए उस तो पहला संगतां दे चरणां दे विच बेनती है जिते जगह मिलती है बैठन की कृपालता करो क्योंकि ट्रैफिक भी बहुत है और ट्रैफिक जिहड़े लंघण वाले वीर ने कोई वीकरां वाले ने वो केवल संगत दे प्यार नूं वेखदिआं होइआं रास्ता बदल के जा रहे हैं। इस वास्ते बेनती आओ ब्रजण दी कृपालता करो आओ सतगुरां दे चरणां विच सीस झुका के धरती कला दे नाल आपां फतेह बुलाईए। कलगीधर पातशाह गुरु गोबिंद सिंह महाराज दा शुकराना करिए जिन्हां बारे दास ने चंद को सतरां लिखियां कि लखां मावां दीआं झोलियां लाल भरियां तेरे जिहा पर जग ते लाल है नहीं ਵੱਡੇ ਵੱਡੇ ਤਾਂ ਹੋਣਗੇ ਸਾਹਿਬ ਲੱਖਾਂ ਤੇਰੇ ਜਿਹਾ ਪਰ ਸਾਹਿਬੇ ਕਮਾਲ ਹੈ ਲੱਖਾਂ ਦਾਤੇ ਗਰੀਬਾਂ ਤੇ ਰਹਿਮ ਕਰਦੇ ਤੇਰੇ ਜਿਹਾ ਪਰ ਦੀਨ ਦਿਆਲ ਹੈ ਨੀ ਕਲਗੀਆਂ ਵਾਲਿਆ ਮੈਂ ਕਿਹਦੀ ਮਿਸਾਲ ਦੇ ਤੁਲਤਾ ਦੀਏ ਮਿਸਾਲ ਹੀ ਹੈ ਸਲਾਮ ਸਾਲ ਸਤਿਗੁਰੂ ਦਾ ਸ਼ੁਕਰਾਨਾ ਚੜ੍ਹਦੀ ਕਲਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਹਾਜ਼ਰੇ ਨੇ ਉਹਨਾਂ ਵੱਲੋਂ ਆਪਣੇ ਢਾਡੀ ਜੱਥੇ ਨੂੰ ਵੀ ਸਨਮਾਨ ਭੇਜਿਆ ਗਿਆ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਬਰਤਨਾਂ ਦੇ ਪਾਵਨ ਜਨਮ ਦਿਹਾੜੇ ਦੀਆਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਜੀ ਆਇਆਂ ਨੂੰ ਸਤਿਗੁਰੂ ਕਿਰਪਾ ਕਰ ਇਹਨਾਂ ਦੇ ਸਿਰ ਤੇ ਵੀਰ ਭਰਿਆ ਪ੍ਰਕਟ ਕਰਦੀਆਂ ਲੋ ਦੇਈਏ ਧਿਆਨ ਉਹ ਮਾਈ ਨੇ ਜਦੋਂ ਲੱਭਾ ਦਿੱਤਾ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਕਿਹਾ
ਉਹ ਕਹਿੰਦੇ ਮਾਤਾ ਕੀ ਗੱਲ। ਅਮਰਪ੍ਰੀਤ ਸਿੰਘ ਜੀ ਲਾਲੀ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਜੀਤ ਸਿੰਘ ਜੀ ਤਨੇਜਾ ਸਾਹਿਬ ਸ਼ਹਿਰੀ ਪ੍ਰਧਾਨ ਔਰ ਉਹਨਾਂ ਵੱਲੋਂ 500 ਲੱਖ ਦਮਾਂ ਢਾਡੀ ਦਿੱਤੇ। ਔਰ ਜਦੋਂ ਧੱਕਿਆ ਅੱਜ ਭਗਵਾਨ ਸੰਸਾਰ ਦੀਆਂ ਨਜ਼ਰਾਂ ਦੇ ਸਾਹਮਣੇ ਆਈ ਆ ਔਰ ਨਜ਼ਰਾਂ ਦੀ ਗਵਾਚੀ ਹੋਈ ਜਿਹੜੀ ਜੋਤ ਹੈ ਜਦੋਂ ਆਈ ਵਾਪਸ ਔਰ ਉਹ ਮਾਈ ਕਰਮਾ ਵਤੀ ਧੰਨ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜ 5-6 ਸਾਲ ਦੀ ਉਮਰ ਹੈ Thank you.
ਬੇਨਤੀ ਕਰਾਂ ਸੁਖਵਿੰਦਰ ਸਿੰਘ ਜੀ ਵੇਖੋ ਉਹਨਾਂ ਦੀ ਇੱਕ ਨਜ਼ਮ ਉਹਨਾਂ ਦਾ ਇੱਕ ਗੀਤ ਆਇਆ ਪਾਣੀ ਉੱਤੇ ਪੱਥਰ ਔਰ ਬੇਨਤੀ ਹੈ ਵੀ ਵੀਰ ਨੇ ਵਧੀਆ ਗਾਇਆ ਮੈਂ ਵੀ ਸੁਣਿਆ ਯੂਟਿਊਬ ਤੇ ਕਈ ਵਾਰੀ ਕਰਿਓ ਵੀ ਉਹਨੂੰ ਸੁਣਿਆ ਕਰੋ ਲਾਈਕ ਸ਼ੇਅਰ ਕਰ ਦਿਓ ਕਿਉਂਕਿ ਜੇ ਕੋਈ ਆਪਣਾ ਬੱਚਾ ਮੋਹਰੇ ਆਉਂਦਾ ਤੇ ਉਹਨੂੰ ਸਤਿਕਾਰਯੋਗ ਸ਼ਹਿਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਜਥੇਦਾਰ ਰਜਿੰਦਰ ਸਿੰਘ ਜੀ ਖਾਲਸਾ ਸਾਹਿਬ ਉਹਨਾਂ ਵੱਲੋਂ ਇੱਕ ਵਾਰ ਫਿਰ ਸਪੈਸ਼ਲ ਤੌਰ ਤੋਂ ਧੰਨਵਾਦ ਸਭ ਨੂੰ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਓ ਪਿਆਰ ਦੇ ਵਿੱਚ ਆਪਾਂ ਸਰਕਤ ਸਾਹਿਬ ਤੋਂ ਬਿਨਾਂ ਗੁਜ਼ਾਰਾ ਸਾਹਿਬ ਅੱਗੇ ਜੀ ਸਾਨੂੰ ਬਖਸ਼ੋ ਆ ਗਿਆ ਪੰਜਾਬ ਦੇ ਜਿਸ ਤਰ੍ਹਾਂ ਦਾ ਹੁਕਮ ਇਸ ਤਰ੍ਹਾਂ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮਾਪਤ ਵੈਸੇ ਬਹੁਤ ਹੋ ਚੁੱਕਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਗਾਂਧੀ ਸਾਹਿਬ ਜੀ ਕਾਂਗਰਸ ਦੇ ਸ੍ਰੀ ਸਾਹਿਬ ਨੇ ਆਵਾਜ਼ ਦਿੱਤਾ ਹੈ ਕਿ ਇਹ ਅਧਿਵੇਸ਼ਨ ਹਰ ਸਾਲ ਦਾ ਸੇਵਾ ਬਹੁਤ ਵਧੀਆ ਹਨ ਇਹਨਾਂ ਦੇ ਖੁਸ਼ ਹੋਏ ਨੇ ਆਵਾਜ਼ ਦਿੱਤਾ ਲੋਕ ਮੰਤਰੀ ਸਾਹਿਬ ਨੇ ਮੈਂ ਘਰ ਘਰ ਆਉਂਦਾ ਇੱਥੇ ਆਉਣ ਦੇ ਮੀਆਂ ਕਿਹੜਾ ਕਰੂੰਗਾ ਕਿ ਬੈਠੀ ਹੋਣ ਇਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਪ੍ਰਬੰਧ ਕੀਤਾ ਗਿਆ ਹੈ ਇਸਲੇ ਪਾਸੇ ਬਹੁਤ ਖੁਸ਼ ਸਤਿਕਾਰ ਕਰੋ ਤੇ ਨੈਣ ਸਿੰਘ ਜੀ ਇੰਸਪੈਕਟਰ ਪੁਲਿਸ ਥਾਣਾ ਦਰਸ਼ਨ ਕਰਵਾਏ ਇਕੱਤਰਿਤ ਹੋਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਢਾਡੀ ਜਥੇ ਵੱਲੋਂ ਬੜੀ ਬਹੁਤ ਵਧੀਆ ਗੱਲ ਕਹੀ ਗਈ ਕਿ ਭਗਤਾਂ ਦੇ ਭਗਤ ਤੇ ਗੁਰੂਆਂ ਦੇ ਗੁਰੂ ਔਰ ਗੜਸ਼ੰਕਰ ਦਾ ਇਲਾਕਾ ਇਹੋ ਜਿਹਾ ਸੁਭਾਗਾ ਇਲਾਕਾ ਜਿੱਥੇ ਖਰਾਲਗੜ੍ਹ ਸਾਹਿਬ ਦੀ ਧਰਤੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਆ। ਅੱਜ ਦੇਸ਼ 'ਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਕੁਝ ਲੋਕ ਸਮਾਜ ਭਲਾਈ ਦਾ ਕੰਮ ਕਰ ਰਹੇ ਨੇ ਤੇ ਲੰਗਰ ਲੱਗੇ ਹੋਏ ਪਰ ਮੈਂ ਸਮਝਦਾ ਕਿ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜੇ ਦਰਸਾਏ ਹੋਏ ਮਾਰਗ ਆ ਆਪਾਂ ਹਰ ਸਾਲ ਇਕੱਠੇ ਜ਼ਰੂਰ ਹੁੰਦੇ ਹਾਂ ਅਤੇ ਧੂਮਧਾਮ ਨਾਲ ਮਨਾਉਂਦੇ ਹਾਂ ਔਰ ਇਸ ਮਾਰਗ ਨੂੰ ਸਾਰਾ ਸਾਲ ਮਨਾਉਣ ਦੀ ਲੋੜ ਆ ਕਿਉਂਕਿ ਸਾਡਾ ਦੇਸ਼ ਦੁਨੀਆਂ ਬਹੁਤ ਤਰੱਕੀ ਕਰ ਗਈ ਧਰਮ ਜਾਤ ਪਾਤ ਦੇ ਉੱਤੋਂ ਉੱਪਰ ਉੱਠ ਗਏ ਪਰ ਸਾਡੇ ਦੇਸ਼ 'ਚ ਅੱਜ ਵੀ ਇਹੋ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਆ। ਤੁਸੀਂ ਕੱਲ੍ਹ ਪਰਸੋਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ ਕੋਈ ਬਲੇਰ ਬੋਲਦੇ ਕੋਈ ਪਿੰਡਾਂ ਮੁਰਾਂ ਵਾਲੀ ਉੱਥੇ ਇੱਕ ਬੱਚੇ ਦਾ ਪਤੰਗ ਡਿੱਪਿਆ ਅਤੇ ਉਹਨੂੰ ਕਿੰਨੀ ਬੁਰੀ ਤਰ੍ਹਾਂ ਉੱਥੇ ਕੁੱਟਿਆ ਗਿਆ ਕਿਉਂਕਿ ਅਜੇ ਅਸੀਂ ਧਰਮਾਂ ਜਾਤਾਂ ਇਹਨਾਂ ਚੀਜ਼ਾਂ ਤੋਂ ਨਿਕਲ ਹੀ ਨਹੀਂ ਰਹੇ। ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਨੂੰ ਆਪਾਂ ਸਾਲ ਬਰ ਸਾਲ ਦਾ ਮਨਾਉਂਦੇ ਹਾਂ ਤਾਂ ਜਿੱਦਣ ਆਪਾਂ ਸਾਰਾ ਸਾਲ ਉਸ ਸਿੱਖਿਆ ਨੂੰ ਉਹਨਾਂ ਦੀ ਦਿੱਤੀ ਦੇਹ ਨੂੰ ਸਮਝਣ ਲੱਗ ਪਏ ਤਾਂ ਮੈਂ ਸਮਝਦਾ ਸਾਡਾ ਦੇਸ਼ ਸਵਰਗ ਬਣ ਜਾਏਗਾ, ਬਾਕੀ ਦੇਸ਼ਾਂ ਨੂੰ ਤਰੱਕੀ ਵੀ ਕਰੇਗਾ ਔਰ ਆਪਸੀ ਭਾਈਚਾਰਾ ਤੇ ਏਕਤਾ ਤੇ ਅਖੰਡਤਾ ਇਸ ਦੇਸ਼ 'ਚ ਬਰਕਰਾਰ ਹੋਵੇਗੀ। ਬਾਕੀ ਮੈਂ ਮੰਚ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ, ਬੇਸ਼ੱਕ ਮੈਂ ਕਾਂਗਰਸ ਪਾਰਟੀ ਤੋਂ ਚੋਣ ਲੜੀ ਆ, ਇੱਥੇ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ ਸਭ ਪਾਰਟੀਆਂ ਦੇ ਆਗੂ ਹੋਣਗੇ ਪਰ ਮੈਂ ਇੱਕ ਗੱਲ ਤੁਹਾਨੂੰ ਯਾਦ ਕਰਾਉਣੀ ਚਾਹੁੰਦਾ ਕਿ ਪਿਛਲੇ ਸਮਿਆਂ 'ਚ ਸ਼੍ਰੀ ਗੁਰੂ ਰਾਮਗੜ੍ਹ ਸਾਹਿਬ 'ਚ ਹਰ ਸਾਲ ਰਾਜ ਪੱਧਰੀ ਸਮਾਗਮ ਹੁੰਦਾ ਸੀ, ਕੋਈ ਨਾ ਕੋਈ ਮੰਤਰੀ ਆਉਂਦਾ ਸੀ, ਕੋਈ ਨਾ ਕੋਈ ਮੁੱਖ ਮੰਤਰੀ ਆਉਂਦਾ ਸੀ ਤੇ ਆ ਕੇ ਉੱਥੇ ਡਿਵੈਲਪਮੈਂਟ ਲਈ ਕੋਈ ਨਾ ਕੋਈ ਕੰਮ ਦੀ ਅਨਾਊਂਸਮੈਂਟ ਕਰਕੇ ਜਾਂਦਾ ਸੀ। ਸ਼ਾਇਦ ਅੱਜ ਦੀ ਮੌਜੂਦਾ ਸਰਕਾਰ ਇਸ ਸਾਲ ਭੁੱਲ ਗਈ
पर मैं किसी को भड़काना नहीं चाहता, पर थोड़े माध्यम राही यही जरूर कहना चाहना कि अगले साल तो कृपा करके यहो जे दिन ना भुलियो, क्योंकि गुरु रविदास महाराज की चर छोड़ पर आप धरती हो राजपदरी समागम ना हो सरकार भुल जा मैं समझदा बड़ी गल आ।